ਹੋਰ ਭਾਰੀ ਸੰਖਿਆ ਦੇ ਵਿੱਚ ਜਿਹੜੇ ਲੋਕ ਹਨ ਇੱਥੇ ਮੌਜੂਦ ਹਨ। ਇਸ ਤਰ੍ਹਾਂ ਰਾਜਸਥਾਨ ਦੀ ਆਪੋਜੀਸ਼ਨ ਨੇਤਾ ਵਸੁੰਧਰਾ ਰਾਜੇ ਸਿੰਧੀਆ ਵੀ ਇੱਥੇ ਪਹੁੰਚੇ ਹੋਏ ਨੇ। ਜੀ ਵਿਸ਼ਾਲ, ਤੁਸੀਂ ਫੋਨ ਲਾਈਨ ਤੇ ਸਾਨੂੰ ਬਣੇ ਰਹਿਣਾ। ਇਸ ਵੇਲੇ ਤੁਸੀਂ ਲਾਈਵ ਤਸਵੀਰਾਂ ਵੇਖ ਸਕਦੇ ਹੋ ਚੱਪੜ ਚਿੜੀ ਦੀਆਂ, ਕਿਸ ਤਰੀਕੇ ਨਾਲ ਉੱਥੇ ਭਾਰੀ ਹਜੂਮ ਸਮਰਥਕਾਂ ਦਾ, ਹਿਮਾਇਤੀਆਂ ਦਾ ਤੇ ਨੇਤਾਵਾਂ ਦਾ ਇਸ ਵੇਲੇ ਪਹੁੰਚਣਾ ਸ਼ੁਰੂ ਹੋ ਚੁੱਕਿਆ। ਹੁਣ ਤੋਂ ਥੋੜ੍ਹੀ ਦੇਰ ਬਾਅਦ ਹੀ ਗਵਰਨਰ ਯਾਨੀ ਕਿ ਰਾਜਪਾਲ ਸ਼ਿਵਰਾਜ ਪਾਟਿਲ ਉੱਥੇ ਪਹੁੰਚ ਜਾਣਗੇ ਤੇ ਉਸ ਤੋਂ ਬਾਅਦ ਸਹੁੰ ਚੱਕ ਸਮਾਗਮ ਸ਼ੁਰੂ ਹੋਏਗਾ ਤੇ ਪੰਜਵੀਂ ਵਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੱਕਣਗੇ। ਬਿਲਕੁਲ ਰੋਹਿਤ, ਇਹ ਸਹੁੰ ਚੁੱਕ ਸਮਾਗਮ ਆਪਣੇ ਆਪ ਦੇ ਵਿੱਚ ਕਈ ਮਾਨਿਆਂ ਦੇ ਵਿੱਚ ਇਤਿਹਾਸਿਕ ਹੈ। ਇੱਕ ਤਾਂ ਸਰਕਾਰ ਦਾ ਜੋ ਬਣਨਾ ਸੀ ਉਹ ਆਪਣੇ ਆਪ ਦੇ ਵਿੱਚ ਇਤਿਹਾਸਿਕ ਰਿਹਾ, ਪੰਜਾਬ 'ਚ ਰਿਪੀਟ ਕਦੀ ਨਹੀਂ ਹੋਏਗਾ ਜੀ, ਪੰਜਾਬ 'ਚ ਕਦੇ ਰਿਪੀਟ ਨਹੀਂ ਹੋਈ। ਫਿਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੋ ਨੇ ਉਹ ਪੰਜਵੀਂ ਵਾਰ, ਇਹ ਵੀ ਪਹਿਲੀ ਵਾਰੀ ਹੈ ਕਿ ਪੰਜਵੀਂ ਵਾਰ ਮੁੱਖ ਮੰਤਰੀ ਬਣਨ ਜਾ ਰਹੇ ਨੇ ਤੇ ਚੱਪੜ ਚਿੜੀ ਨੂੰ ਚੁਣਿਆ ਗਿਆ ਇਸ ਸਹੁੰ ਚੁੱਕ ਸਮਾਗਮ ਦੇ ਲਈ, ਇਹ ਵੀ ਆਪਣੇ ਆਪ ਦੇ ਵਿੱਚ ਇਤਿਹਾਸਕ। ਜੀ ਬਿਲਕੁਲ, ਦੁਬਾਰਾ ਅਕਾਲੀ ਦਲ ਨੇ ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਪੰਥਕ ਲੀਹਾਂ ਨਾਲ ਆਪਣੇ ਆਪ ਨੂੰ ਜੋੜਨ ਦੀ ਦੁਬਾਰਾ ਕੋਸ਼ਿਸ਼ ਕੀਤੀ ਹੈ। ਉਸ ਪਾਸੇ ਜੁੜਿਆ ਹੋਇਆ ਉੱਥੇ ਅਕਾਲੀਆਂ ਦੇ ਹਿਮਾਇਤੀ ਨੇ, ਬੀਜੇਪੀ ਦੇ ਹਿਮਾਇਤੀ ਨੇ, ਹਰ ਸੂਬੇ ਤੋਂ ਨੁਮਾਇੰਦੇ ਪਹੁੰਚੇ ਹੋਏ ਨੇ ਤੇ ਸ਼ਿਵਰਾਜ ਪਾਟਿਲ ਇਸ ਵੇਲੇ ਸਟੇਜ ਦੇ ਉੱਪਰ ਪਹੁੰਚ ਗਏ ਨੇ ਤੇ ਸਹੁੰ ਚੁੱਕ ਸਮਾਗਮ ਹੁਣ ਬਸ ਸ਼ੁਰੂ ਹੀ ਹੋਣ ਵਾਲਾ ਤੇ ਤੁਸੀਂ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ। ਸੋ ਇਤਿਹਾਸਿਕ ਪਲ ਜਿਸਦਾ ਸਭ ਨੂੰ ਇੰਤਜ਼ਾਰ ਸੀ, ਹੁਣ ਤੋਂ ਕੁਛ ਹੀ ਮਿੰਟਾਂ 'ਚ ਸ਼ੁਰੂ ਹੋਣ ਜਾ ਰਿਹਾ। ਵਿਸ਼ਾਲ ਇੰਗਲਿਸ਼ ਵੀ ਲਗਾਤਾਰ ਸਾਡੇ ਨਾਲ ਬਣੇ ਹੋਏ ਨੇ। ਵਿਸ਼ਾਲ, ਰਾਜਪਾਲ ਪਹੁੰਚ ਚੁੱਕੇ ਨੇ। ਬਿਲਕੁਲ ਜੀ ਰੋਹਿਤ, ਰਾਜਪਾਲ ਪੰਜਾਬ ਜਿਹੜਾ ਸਟੇਜ ਦੇ ਉੱਤੇ ਸ਼ੋਭਿਤ ਹੋ ਚੁੱਕੇ ਨੇ। ਇਸੇ ਤਰ੍ਹਾਂ ਉਹਨਾਂ ਦੇ ਨਾਲ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਪੰਜਾਬ ਦੇ ਮੁੱਖ ਸਕੱਤਰ ਹਨ ਐਸੀ ਅਗਰਵਾਲ, ਉਹ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਤੇ ਕੁਛ ਹੀ ਸੈਕਿੰਡਾਂ ਦੇ ਵਿੱਚ ਸਮਝਿਆ ਜਾ ਰਿਹਾ ਕਿ ਜਿਹੜਾ ਸਹੁੰ ਚੁੱਕ ਸਮਾਗਮ ਹੈ ਉਹ ਸ਼ੁਰੂ ਹੋ ਜਾਵੇਗਾ। ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਅਤੇ ਹੋਰ ਜਿਹੜੇ ਮੰਤਰੀ ਸਾਹਿਬਾਨ ਨੇ ਜਿਹੜੇ ਨੇ ਸਹੁੰ ਚੁੱਕਣੀ ਹੈ ਅਕਾਲੀ ਦਲ ਭਾਜਪਾ ਦੇ, ਉਹਨਾਂ ਵੱਲੋਂ ਬੁਲਾਇਆ ਜਾਵੇਗਾ ਤੇ ਮੁੱਖ ਸਕੱਤਰ ਵੱਲੋਂ ਸਟੇਜ ਦੀ ਕਾਰਵਾਈ ਹੁਣ ਤੋਂ ਕੁਝ ਹੀ ਸੈਕਿੰਡਾਂ ਦੇ ਵਿੱਚ ਸ਼ੁਰੂ ਹੋ ਚੁੱਕੀ ਹੈ। ਤੁਸੀਂ ਦੇਖ ਰਹੇ ਹੋ ਕਿ ਮੁੱਖ ਸਕੱਤਰ ਵੱਲੋਂ ਆਰੰਭ ਕਰ ਦਿੱਤਾ ਗਿਆ। ਜੀ ਵਿਸ਼ਾਲਕ, ਜੇਕਰ ਗੱਲ ਕਰੀਏ ਤਾਂ UPA ਜੋ ਅਲਾਇੰਸ ਹੈ ਉਹਨਾਂ ਦੇ ਕਿਹੜੇ ਕਿਹੜੇ ਘਟਕ ਦਲਾਂ ਦੇ ਜਿਹੜੇ ਨੁਮਾਇੰਦੇ ਪਹੁੰਚੇ ਨੇ? UPA ਦੇ ਘਟਕ ਦਲਾਂ ਦੇ ਜਿਵੇਂ ਤੁਹਾਨੂੰ ਦੱਸਿਆ ਕਿ ਕਿਸੇ ਵੀ ਤਰ੍ਹਾਂ ਦਾ ਹਾਲੇ ਕੋਈ ਨੁਮਾਇੰਦਾ ਸਾਹਮਣੇ ਨਜ਼ਰ ਨਹੀਂ ਆ ਰਿਹਾ ਕਿਉਂਕਿ ਕਾਫੀ ਰਸ਼ ਹੈ ਤੇ ਰਸ਼ ਦੇ ਵਿੱਚ ਦੇਖ ਪਾਉਣਾ ਵੀ ਕਾਫੀ ਮੁਸ਼ਕਲ ਹੋ ਰਿਹਾ ਤੇ ਬਲਕਿ NDA ਦੇ ਜਿਹੜੇ ਲੀਡਰ ਨੇ, NDA ਦੇ ਲੀਡਰਾਂ ਨੇ ਹੀ ਇਸ ਸਮੇਂ ਇੱਥੇ ਸ਼ਿਰਕਤ ਕੀਤੀ ਹੋਈ ਹੈ। ਜੀ ਵਿਸ਼ਾਲ, ਇਸ ਵਾਰ ਜੇ ਕੈਬਨਿਟ ਦੀ ਗੱਲ ਕਰੀਏ, ਜਿਸ ਤਰ੍ਹਾਂ ਨਾਲ ਇੱਥੇ ਮੰਤਰੀ ਜੋ ਸ਼ਾਮਿਲ ਕੀਤੇ ਗਏ ਨੇ ਉਸ ਦੇ ਵਿੱਚ ਸੀਨੀਅਰ ਆਗੂ ਅਤੇ ਨੌਜਵਾਨ ਆਗੂ, ਇੱਕ ਮਿਕਸਚਰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਤਾਂ ਕਿ ਬੈਲੈਂਸ ਜੋ ਲੱਗੇ ਇਹ ਜੋ ਨਵੀਂ ਕੈਬਨਿਟ ਹੈ। ਹਾਂ ਬਿਲਕੁਲ, ਇਹ ਜਿਹੜਾ ਕਾਫੀ ਬੈਲੈਂਸ ਵੀ ਬਣਾਇਆ ਗਿਆ ਤੇ ਜਿਵੇਂ ਡਾਕਟਰ ਅਨਿਲ ਜੋਸ਼ੀ ਨੂੰ ਮਿਨਿਸਟਰੀ ਦੇ ਵਿੱਚ ਲਿਆ ਗਿਆ ਹੈ, ਯੂਥ ਅਕਾਲੀ ਦਲ ਦੇ ਪ੍ਰਧਾਨ ਵਿਕਰਮਜੀਤ ਸਿੰਘ ਮਜੀਠੀਆ ਨੂੰ ਲਿਆ ਗਿਆ ਤੇ ਹੋਰ ਕਈ ਜਿਹੜੇ ਨੌਜਵਾਨ ਚਿਹਰੇ ਵੀ ਆਏ ਨੇ, ਸਿਕੰਦਰ ਸਿੰਘ ਮਲੂਕਾ ਹਨ, ਉਹਨਾਂ ਦੀ ਵੀ ਜਿਹੜੀ ਗਿਣਤੀ ਹੁੰਦੀ ਹੈ। ਇਸੇ ਤਰ੍ਹਾਂ ਕਾਫੀ ਬੈਲੈਂਸ ਵਰਤਿਆ ਗਿਆ ਤੇ ਤੁਸੀਂ ਦੇਖ ਰਹੇ ਹੋ ਕਿ ਸ਼ਿਵਰਾਜ ਪਾਟਿਲ ਦੇ ਕੋਲ ਪੰਜਾਬ ਦੇ ਮੁੱਖ ਮੰਤਰੀ ਪੰਜਵੀਂ ਵਾਰ ਇਤਿਹਾਸ ਰਚਣ ਵਾਸਤੇ ਪਹੁੰਚ ਗਏ ਨੇ ਸਟੇਜ ਤੇ ਤੇ ਸਟੇਜ ਦੇ ਸਹੁੰ ਚੁੱਕ ਸਮਾਗਮ ਦੀ ਜਿਹੜੀ ਕਾਰਵਾਈ ਹੈ ਕਾਰਵਾਈ ਵੀ ਸ਼ੁਰੂ ਹੋ ਗਈ। ਸੋ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸ ਵੇਲੇ ਮੰਚ ਤੇ ਤੁਸੀਂ ਵੇਖ ਸਕਦੇ ਹੋ ਪਹੁੰਚ ਚੁੱਕੇ ਨੇ ਪੰਜਵੀਂ ਵਾਰ ਸੂਬੇ ਦੇ ਮੁੱਖ ਮੰਤਰੀ ਦੇ ਤੌਰ ਤੇ ਸਹੁੰ ਚੱਕਣ ਦੇ ਲਈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਤਿਹਾਸ ਰਚਣ ਵਾਲੇ ਨੇ ਤੇ ਹੁਣ ਸਹੁੰ ਚੁੱਕ ਸਮਾਗਮ ਸ਼ੁਰੂ ਹੋ ਰਿਹਾ। ਹਿਲਾ ਮਤ ਤੋ ਪੰਜਾਬ ਰਾਜ ਦੇ ਮੁੱਖ ਮੰਤਰੀ ਵਜੋਂ ਆਪਣੇ ਕਰਤਵਾਂ ਨੂੰ ਵਫਾਦਾਰੀ ਅਤੇ ਸ਼ੁਭ ਪੰਥਕਾਰ ਨਾਲ ਨਿਭਾਵਾਂਗਾ ਅਤੇ ਮੈਂ ਭੈ ਜਾਂ ਪੱਖਪਾਤ ਸਨੇਹ ਜਾਂ ਦੁਰਭਾਵਨਾ ਬਿਨਾਂ ਸਭ ਤਰ੍ਹਾਂ ਦੇ ਲੋਕਾਂ ਦੇ ਪ੍ਰਤੀ ਸੰਵਿਧਾਨ ਅਤੇ ਕਾਨੂੰਨ ਦੀ ਸਾਧਨਾ ਵਿੱਚ ਨਿਆਂ ਕਰਾਂਗਾ। ਬਟ
ਈਸ਼ਵਰ ਦੀ ਸਮਝ ਹੁੰਦਾ ਹੈ ਕਿ ਜੇ ਕੋਈ ਮਾਮਲਾ ਪੰਜਾਬ ਰਾਜ ਦੇ ਮੁੱਖ ਮੰਤਰੀ ਵੱਲੋਂ ਮੇਰੇ ਵਿਚਾਰ ਜੀ ਲੈਂਦਾ ਜਾਵੇਗਾ ਜਾਂ ਮੈਨੂੰ ਗਿਆ ਹੋਵੇਗਾ ਉਹ ਕਿਸੇ ਵਿਅਕਤੀ ਜਾਂ ਵਿਅਕਤੀਆਂ ਨੂੰ ਸਵਾਲ ਪੁੱਛੇ ਕਿ ਇਹ ਜਾਂ ਮੰਤਰੀ ਵੱਲੋਂ ਆਪਣੇ ਕਰਤਵਾਂ ਦੇ ਕੀ ਦਬਾਓ ਲਈ ਅਜਿਹਾ ਕਰਨਾ ਲੋੜੀਦਾ ਹੋਵੇ ਮੈਂ ਸਿੱਧੇ ਜਾਂ ਸਿੱਧੇ ਤੌਰ ਤੇ ਨਾ ਦੱਸਾਂਗਾ ਨਾ ਤਾਰੀਫ ਕਰਾਂਗਾ सर That's right, in fact, the indication has gone out to a lot many...